ਇਹ ਸਵਾਲ ਐਜੂਕੇਸ਼ਨ ਸਿਸਟਮ ਦਾ ਨਹੀਂ ਹੈਗਾ, ਸਵਾਲ ਇੰਪਲਾਇਮੈਂਟ ਦਾ ਨਹੀਂ ਹੈਗਾ, ਸਵਾਲ ਇਹ ਹੈਗਾ ਕਿ ਪੰਜਾਬ ਦੇ ਵਿੱਚ ਕਿੰਨੇ ਸਾਲਾਂ ਤੋਂ ਐਜੂਕੇਸ਼ਨ ਸਿਸਟਮ ਦੀ ਜੋ ਗਿਰਾਵਟ ਆਈ ਹੈ ਸਕੂਲ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ, ਉਹ ਗਿਰਾਵਟ ਦੇ ਸਾਨੂੰ ਕਾਰਨ ਲੱਗਦੇ ਵੀ ਉਹ ਗਿਰਾਵਟ ਕਿਉਂ ਆ ਰਹੀ ਹੈ। ਉਹਦੇ ਕਾਰਨ ਇਕੱਲੇ ਇਹ ਨਹੀਂ ਹੈਗਾ ਕਿ ਇਕਨੋਮਿਕ ਕਾਰਨ ਨੇ, ਪੋਲੀਟੀਕਲ ਕਾਰਨ ਨੇ, ਨੋ, ਉਹਦੇ ਕਾਰਨ ਇਹ ਤਾਂ ਇਹ ਛੋਟੇ ਮੋਟੇ ਕਾਰਨ ਨੇ, ਪੋਲੀਟੀਕਲ ਕਾਰਨ, ਇਕਨੋਮਿਕ ਕਾਰਨ, ਇਹ ਸੈਕੰਡਰੀ ਕਾਰਨ। ਸਵਾਲ ਤਾਂ ਇਹ ਹੈਗਾ ਕਿ ਸਾਡੇ ਜਿਹੜੇ ਰਹਿਨੁਮਾ ਹੈਗੇ ਨੇ ਉਹਨਾਂ ਦਾ ਐਜੂਕੇਸ਼ਨ ਦੇ ਪ੍ਰਤੀ ਨਜ਼ਰੀਆ ਕੀ ਹੈ, ਜਾਂ ਸਮਾਜ ਦਾ ਐਜੂਕੇਸ਼ਨ ਦੇ ਪ੍ਰਤੀ ਨਜ਼ਰੀਆ ਕੀ ਹੈ, ਕੀ ਉਹਨਾਂ ਦੀ ਕੀ ਕਿਸ ਤਰ੍ਹਾਂ ਉਹ ਫਿਲਸੋਫਿਕਲੀ ਇਸ ਚੀਜ਼ ਨੂੰ ਸੋਚਦੇ ਹੈਗੇ ਨੇ ਐਜੂਕੇਸ਼ਨ ਨੂੰ, ਠੀਕ ਹੈ ਨਾ। ਜਿਸ ਕਿਸਮ ਦਾ ਪਿਛਲੇ 20-25 ਸਾਲ ਦੇ ਵਿੱਚ ਐਜੂਕੇਸ਼ਨ ਦੀ ਇੰਪਲਾਇਮੈਂਟ ਦੇ ਵਿੱਚ, ਐਜੂਕੇਸ਼ਨ ਦੇਣ ਦੇ ਵਿੱਚ ਐਡੋਕਿਜ਼ਮ ਚੱਲ ਰਿਹਾ ਹੈਗਾ, ਉਸ ਕਿਸਮ ਦੀ ਐਡੋਕਿਜ਼ਮ ਨੇ ਐਡੋਕ ਨੌਲੇਜ ਪੈਦਾ ਕਰਨੀ ਹੈ, ਟੈਂਪਰੇਰੀ ਨੌਲੇਜ ਪੈਦਾ ਕਰਨੀ ਹੈਗੀ ਹੈ। ਕਿਉਂ ਨਹੀਂ ਪਿਛਲੇ 20-25 ਸਾਲ ਦੇ ਵਿੱਚੋਂ ਅਸੀਂ ਬਹੁਤ ਵੱਡੇ ਫਿਲੋਸਫਰ, ਬਹੁਤ ਵੱਡੇ ਰਾਈਟਰਸ ਕਿਉਂ ਨਹੀਂ ਪੈਦਾ ਕਰ ਸਕੇ ਪੰਜਾਬ ਦੇ ਵਿੱਚ? ਕੀ ਕਾਰਨ ਕੀ ਹੈਗਾ? ਪੰਜਾਬ ਦੇ ਯੂਥ ਨੂੰ ਜੇ ਤੁਸੀਂ ਸਮਝਣਾ ਹੈਗਾ, ਜਾਂ ਪੰਜਾਬ ਦੀ ਸੁਸਾਇਟੀ ਨੂੰ ਸਮਝਣਾ, ਪੰਜਾਬ ਦੇ ਉਸ ਨੂੰ ਸੁਧਾਰ ਨੂੰ ਸਮਝ, ਕਿਉਂ ਬੱਚੇ ਬਾਹਰ ਜਾ ਰਹੇ ਹਨ, ਕਿਉਂ ਯੂਥ ਬਾਹਰ ਵੱਲ ਕਿਉਂ ਮੁੜ ਰਿਹਾ ਹੈਗਾ? ਇੱਕ ਇਹਦਾ ਸਿੱਧਾ ਪੁੱਧਰਾ ਜਿਹਾ ਜਵਾਬ ਹੈ ਜੀ, ਇੰਪਲਾਇਮੈਂਟ ਦੀ ਇੰਡਸਟਰੀ ਨਹੀਂ। ਨੋ, ਇੰਡਸਟਰੀ ਵੀ ਚਾਹੀਦੀ ਹੈ, ਇੰਪਲਾਇਮੈਂਟ ਵੀ ਚਾਹੀਦੀ ਹੈ। ਇਹ ਤਾਂ ਬੇਸਿਕ ਰੀਜ਼ਨ ਹੈਗਾ ਕਿ ਸਾਡਾ ਫਿਲਸੋਫਿਕਲ ਨਜ਼ਰੀਆ ਪੰਜਾਬ ਦੀ ਐਜੂਕੇਸ਼ਨ ਦੇ ਪ੍ਰਤੀ, ਟੋਟਲ ਸਿਸਟਮ ਦੇ ਪ੍ਰਤੀ ਕੀ ਹੈਗਾ। ਜਿੰਨਾ ਤੱਕ ਉਹ ਸਿਸਟਮ ਦੇ ਵਿੱਚ ਵੜ ਕੇ ਅਸੀਂ ਉਸ ਨੂੰ ਇੰਪਰੂਵ ਨਹੀਂ ਕਰਦੇ ਸਕੂਲ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ, ਉਹਨਾਂ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਕਿਸਮ ਦਾ ਗਿਆਨ ਜਿਹੜਾ ਹੈਗਾ ਉਹ ਪੈਦਾ ਨਹੀਂ ਹੋ ਸਕਦਾ। ਜੇ ਕਿਤੇ ਪੰਜਾਬ ਦੇ, ਇਹ ਕਦੇ ਸੋਚਿਆ ਕਿਸੇ ਪੋਲੀਟੀਸ਼ੀਅਨ ਨੇ ਹਿਸਟੋਰੀਕਲੀ ਕਿ ਜੇ ਪੰਜਾਬ ਦੇ ਵਿੱਚ ਰਿਗਵੇਦ ਲਿਖਿਆ ਜਾ ਰਿਹਾ ਹੈਗਾ, ਪੰਜਾਬ ਦੇ ਵਿੱਚ ਮਦ ਭਾਗਵਤ ਗੀਤਾ ਲਿਖੀ ਜਾ ਰਹੀ ਹੈ, ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਐਡੀ ਵੱਡੀ ਰਚਨਾ ਹੋ ਰਹੀ ਹੈਗੀ ਹੈ, ਪੰਜਾਬ ਦਾ ਬੌਧਿਕ ਵਿਰਸਾ, ਪੰਜਾਬ ਦਾ ਰੂਹਾਨੀਅਤ ਦਾ ਵਿਰਸਾ, ਉਹਦੇ ਵਿੱਚ ਇੱਕ ਐਡੀ ਡਰਾਸਟਿਕ ਗਿਰਾਵਟ ਆਈ ਹੈ, ਇਹ ਕਿਉਂ ਆਈ ਹੈ? ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਇਸ ਕਰਕੇ ਮੇਰੀ ਸਭ ਨੂੰ ਇਹ ਅਪੀਲ ਹੈਗੀ ਹੈ, ਜਿਹੜੇ ਵੀ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ, ਚਾਹੇ ਪੋਲੀਟੀਸ਼ੀਅਨ ਨੇ, ਚਾਹੇ ਉਹ ਟੀਚਰਸ ਨੇ, ਚਾਹੇ ਇੰਟਲੈਕਚੁਅਲਸ ਨੇ, ਕਿ ਉਹ ਪੰਜਾਬ, ਚਾਹੇ ਸਟੂਡੈਂਟਸ ਨੇ, ਕਿ ਉਹ ਪੰਜਾਬ ਦੇ ਪ੍ਰਤੀ ਇੱਕ ਖਾਸ ਕਿਸਮ ਦੀ ਫਿਲਸੋਫਿਕਲ ਆਪਦਾ ਨਜ਼ਰੀਆ ਰੱਖਣ ਅਤੇ ਉਸ ਨੂੰ ਡਿਵੈਲਪ ਕਰਨ। ਸਿਰਫ ਮਹਿਜ਼ ਅਤੇ ਮਹਿਜ਼ ਕਿ ਸਾਡੀਆਂ ਆਹ ਮੰਗਾਂ ਨੇ ਜੀ, ਛੋਟੀਆਂ ਇੰਪਲਾਇਮੈਂਟ ਦੀ ਮੰਗ ਹੈ ਸਾਡੀ, ਭਾਅ ਇਹ ਐਜੂਕੇਸ਼ਨ ਸਸਤੀ ਹੋਣੀ ਚਾਹੀਦੀ, ਇਹ ਤਾਂ ਚਾਹੀਦੀਆਂ ਹੀ ਚਾਹੀਦੀਆਂ ਨੇ, ਪਰ ਪੰਜਾਬ ਪ੍ਰਤੀ ਸਾਡਾ ਇੱਕ ਫਿਲਸੋਫਿਕਲ ਨਜ਼ਰੀਆ ਨੂੰ ਡਿਵੈਲਪ ਕਰਨ ਦੀ ਜ਼ਰੂਰਤ ਹੈ ਅਤੇ ਉਹਦੇ ਪ੍ਰਤੀ ਸੀਰੀਅਸ ਹੋਣਾ।